ਅੱਨੀ ਅਸਲਾਮੁਅਲੈਕਮ ਕਿ ਹਾਲ ਹੈ ਸਾਰੇ ਦੋਸਤੋ ਆਪ ਠੀਕ ਹੋ ਉਮੀਦ ਕਰਨਾ ਆਪ ਠੀਕ ਹੋ ਸੋ ਤੇ ਅੱਜ ਜਨਾਬ ਅੱਜ ਦਾ ਟੌਪਿਕ ਹੈ ਇੱਕ ਵੀਜ਼ੇ ਨੇ ਬਾਰੇ ਵਿੱਚ ਸਪਾਊਸ ਵੀਜ਼ੇ ਨੇ ਬਾਰੇ ਵਿੱਚ ਤੇ ਉਸ ਦੇ ਵਿੱਚ ਕੀ ਚੰਗੀ ਕਰਨਾ ਪੈਣਾ ਟਾਈਮ ਟੇਬਲ ਉਸ ਦਾ ਕਿੰਨਾ ਆ ਉਸ ਨੇ ਦੁਬਾਰ ਉਸ ਦੇ ਵਿੱਚ ਕਿਹੜੇ ਪੇਪਰ ਨੇ ਜਿਹੜੇ ਲਾਣੇ ਪੈਸਣ ਸੰਗੀ ਇਹ ਸਾਰੀਆਂ ਗੱਲਾਂ ਅੱਜ ਦੱਸਿਆਂ ਜਾਂਸਨ ਤੇ ਦਾਈਮ ਵੇਸ ਕਰਨੇ ਤੋਂ ਸਿੱਧਾ ਜੁਲਨੇ ਆ ਵੀਡੀਓ ਤੇ ਅਗਰ ਜਿਹੜੇ ਨਵੇਂ ਬੰਦੇ ਸਾਂ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਵੀਡੀਓ ਪੂਰੀ ਤੱਕ ਆ ਗਰੋਥ ਸੰਗ ਇਨਫੋਰਮੇਸ਼ਨ ਜਿਹੜੀ ਹੈ ਨਾ ਕਾਫੀ ਇਨਸ਼ਾਅੱਲਾ ਲੱਭਸੀ ਕਾਫੀ ਬੰਨਿਆਂ ਕੀ ਪਤਾ ਆ ਲੇਕਿਨ ਜਿੰਨਾ ਕੀ ਨਹੀਂ ਪਤਾ ਉਹ ਬੰਦੇ ਅਗਰ ਦੇਖ ਰਹੇ ਹੋ ਤੇ ਵੀਡੀਓ ਜਿਹੜਾ ਨਾ ਸਾਂ ਪੂਰੀ ਤੱਕ ਆ ਕਰੋ ਵੀਡੀਓ ਵਿੱਚ ਕਾਫੀ ਇਨਫੋਰਮੇਸ਼ਨ ਹੈ ਜਿਹੜੀ ਸਮਥਿੰਗ ਨਿਊ ਹੈ ਤੇ ਕੁਝ ਨਾਂ ਭਲਾ ਹੋਈ ਜਾਂਦਾ ਉਹ ਵੈਲ ਐਂਡ ਗੁੱਡ ਹੈ ਨਾ ਚੰਗਾ ਯਾ ਲੋਕ ਦੁਆ ਦੇਣੇ ਨਾ ਅਗਰ ਕੋਈ ਚੰਗਾ ਕੰਮ ਹੋਵੇ ਤਾਂ ਇਸ ਵਜ੍ਹਾ ਤੋਂ ਸੰਗ ਅੱਜ ਸ਼ੁਰੂ ਕਰਨੇ ਆ ਉਸਨੇ ਬਾਰੇ ਦੱਸਣਿਆ ਸਪਾਊਸ ਵੀਜ਼ਾ ਨੇ ਬਾਰੇ ਵਿੱਚ ਸਪਾਊਸ ਵੀਜ਼ਾ ਦਾ ਨਾਂ ਇਹ ਹੈ ਕਿ ਤੁਹਾਨੂੰ ਸ਼ਾਦੀ ਕਰੀ ਕਾਇਰ ਹੋ ਪਾਕਿਸਤਾਨ ਤੋਂ ਯਾ ਕਿਸੇ ਹੋਰ ਵੀ ਏਸ਼ੀਅਨ ਕੰਟਰੀ ਤੋਂ ਉਸਨੇ ਵਿੱਚ ਕਰਿਆ ਪੇਪਰ ਨੇ ਕਿੰਨੇ ਮਤਲਬ ਟਾਈਮ ਟੇਬਲ ਹੈ ਇਸਾਰਾ ਕੁਝ ਤੁਸਾਂ ਨੂੰ ਦੱਸਣਾਂ ਪਹਿਲੇ ਨੰਬਰ ਉੱਪਰ ਆਉਣਾ ਆਗਰ ਤੁਸੀਂ ਪਾਕਿਸਤਾਨ ਤੋਂ ਅਪਲਾਈ ਕਰ ਰਹੇ ਹੋ ਤੇ ਉਸ ਵਿੱਚ ਪਾਕਿਸਤਾਨ ਦੇ ਡਾਕੂਮੈਂਟਸ ਜਿਹੜੇ ਉਹ ਸਾਨੂੰ ਪਾਸਪੋਰਟ ਹੋ ਗਿਆ ਫਰਸਟ ਨੰਬਰ ਸੈਕੰਡ ਨੰਬਰ ਉੱਪਰ ਸਾਨੂੰ ਹੋ ਗਿਆ ਸੀ ਐਨ ਆਈ ਸੀ ਇਸ ਨਾਲ ਤੁਸਾਂਗੇ ਜਨਾਬ ਇਹ ਲਿਖਣਾ ਪੈਸੀ ਇੰਗਲਿਸ਼ ਕੋਰਸ ਇੰਗਲਿਸ਼ ਕੋਰਸ ਜਿਹੜਾ ਸ਼ਾਦੀ ਆਲਾ ਹੈ ਨਾ ਉਹ ਇਤਨਾ ਡਿਫਰੈਂਟ ਹੈ ਕਿ ਸਾਂ ਈਜ਼ੀਲੀ ਕਰ ਸਕਨੇ ਹਾਂ ਜਿਹੜਾ ਸਟੱਡੀ ਆਲਾ ਹੈ ਨਾ ਉਹ ਥੋੜਾ ਹਾਰਡ ਹੈ ਲੇਕਿਨ ਉਹ ਵੀ ਬੰਦੇ ਕਰਨੇ ਦੂਸਰਾ ਕੇਰਮ ਨਾ ਆ ਉਸਨੇ ਵੀ ਡਿਫਰੈਂਟ ਹੈ ਆਲਸ ਨਾ ਆ ਜਣਾ ਉਸਨੇ ਵਿੱਚ ਲੇਕਿਨ ਉਸਨੇ ਵਿੱਚ ਸਾਂ ਕਿ ਚਾਹੀਨੇ ਉਹਨੇ 7 ਨੰਬਰ ਉਸ ਤੋਂ ਬਾਅਦ ਜਿਹੜਾ ਦੂਸਰਾ ਹੈ ਸਟੱਡੀ ਆਲਾ ਉਸਨੇ ਵਿੱਚ 4 ਪੁਆਇੰਟ ਸਮਥਿੰਗ ਹੈ ਜਿਹੜਾ ਸ਼ਾਦੀ ਹੈ ਨਾ ਇਹ ਬਹੁਤ ਈਜ਼ੀ ਹੈ ਉਹਨਾਂ ਨਾਲੋਂ ਡਿਫਰੈਂਟ ਹੈ ਇਸਨੇ ਵਿੱਚ ਤੁਸੀਂ ਆਜ਼ੀਲੀ ਪਾਸ ਕਰ ਸਕਨੇ ਹੋ ਇਹ ਵੀ ਮੈਂ ਸੰਗ ਕੀ ਦਸਾਂ ਵੀਡੀਓ ਬਣਾਸਾਂ ਨੈਕਸਟ ਕਿ ਇਸਨੇ ਵਿੱਚ ਕਿਹੜੇ ਕੁਐਸਚਨ ਹੋਣ ਨੇ ਕਿਹੜੀ ਇਸਨੇ ਵਿੱਚ ਜਿਹੜੀ ਹੈ ਨਾ ਟੌਪਿਕ ਹੈ ਉਸਨੇ ਬਾਅਦ ਰਾਈਟਿੰਗ ਹੈ ਉਸਨੇ ਬਾਅਦ ਲਿਸਨਿੰਗ ਹੈ ਸਾਰਾ ਮਤਲਬ ਅਲੱਗ ਇੱਕ ਵੀਡੀਓ ਬਣਾਸਾਂ ਕਿ ਉਸਨੇ ਵਿੱਚ ਕਿਹੜੇ ਸਵਾਲ ਜਵਾਬਸ ਨਾਲ ਕਰਨੇ ਨੇ ਇੰਟਰਵਿਊ ਵਿੱਚ ਇੰਟਰਵਿਊ ਕਿਤਨੀ ਦੇਰ ਨਾ ਹੋਣਾ ਹੈ ਤੇ ਇਨਸ਼ਾਅੱਲਾ ਈਜ਼ੀ ਹੈ ਦੂਸਰਾ ਇਹ ਹੈ ਕਿ ਇੰਗਲਿਸ਼ ਸਰਟੀਫਿਕੇਟ ਜਿਹੜਾ ਆ ਇਹ ਤਾਂ ਜ਼ਰੂਰੀ ਹੈ ਪਹਿਲੇ ਇਸ ਕੀ ਸਾਂ ਜਮਾ ਕਰਾਉਣੇ ਤੋਂ ਪਹਿਲੇ ਕੇਸ ਜਿਹੜਾ ਨਾ ਉਹ ਕਰਨਾ ਚਾਹੀਦਾ ਸਾਂ ਗਲੋਣਾ ਚਾਹੀਦਾ ਇੰਗਲਿਸ਼ ਸਰਟੀਫਿਕੇਟ ਪਾਸਪੋਰਟ CNIC ਐਨ ਮੈਡੀਕਲ ਸਰਟੀਫਿਕੇਟ ਹੋ ਗਿਆ ਉਸਨੇ ਤੋਂ ਬਾਅਦ ਤੁਸਾਂ ਕੀ ਚਾਹੀਨਾ ਟੀਬੀ ਟੈਸਟ ਟੀਬੀ ਟੈਸਟ ਹੈ अपना टाइम टेबल मुताबिक उसकी बुक करना है अगर सौ केस जमा कराना है ना चार महीने बाद बुक करना है। मतलब दो महीने पहले ठीक है क्योंकि समटाइम्स अपॉइंटमेंट नहीं अपॉइंटमेंट समटाइम जानी है लानी टाइम पर इस वजह तो अगर सो जल्दी क्रॉस हो तो एक्सपायर होने ज्यादा उसकी वैलिड डेट है सिक्स मंथ ठीक है ਉਹ ਇਸ ਰਾਯਾਂ ਕਿ ਤੁਸੀਂ ਅਗਰ ਸਾ ਪਹਿਲੇ ਕੜਾ ਇੰਡੈਕਸ ਐਕਸਪਾਇਰ ਹੋ ਗਿਆ ਤਾਂ ਉਹ ਨਹੀਂ ਚੱਲ ਸਕਣਾ ਸਾ ਕਿ ਨਵਾਂ ਕਰਨਾ ਪੈਸੀ ਠੀਕ ਹੈ ਉਹ ਸੰਕੜਾ ਲਓ 2 ਮਹੀਨੇ ਪਹਿਲਾਂ ਠੀਕ ਹੈ ਉਸ ਨੇ ਤੋਂ ਬਾਅਦ ਉਹ ਤੁਸਨ ਨਾਲ ਲਾਣਾ ਆ ਅਟੈਚ ਕਰਨਾ ਆ ਸਰਟੀਫਿਕੇਟ ਇਹ ਇੰਗਲਿਸ਼ ਵਾਲਾ ਟੀਪੀ ਟੈਸ ਵਾਲਾ ਉਸ ਨੇ ਤੋਂ ਬਾਅਦ ਪਾਸਪੋਰਟ ਸੀਐਨਆਈਸੀ ਉਸ ਨੇ ਤੋਂ ਬਾਅਦ ਜਨਾਬਲੀ ਪਾਸਪੋਰਟ ਹੈ ਜਿਹੜਾ ਉਸ ਨੇ ਪਰ ਸਾ ਕੀ ਏ ਵੀ ਦਸਾਂ 6 ਮੰਥ ਵੈਲਿਡ ਡੇਟ ਹੋਣੀ ਚਾਹੀਦੀ ਹੈ ਅਗਰ 6 ਮੰਥ ਤੋਂ ਘੱਟ ਹੈ ਵੈਲਿਡ ਡੇਟ ਤੇ ਉਸਨੂੰ ਵੀਜ਼ਾ ਰਿਜੈਕਟ ਹੋ ਜਾਸੀ ਇਹ ਚੀਜ਼ਾਂ ਨੋਟ ਕਰਨੀਆਂ ਜਿਹੜੇ ਨਵੇਂ ਬੰਦੇ ਤਾਂ ਅਪਲਾਈ ਕਰਨ ਲੱਗਿਓ ਸਪਸ ਵੀਜ਼ਾ ਅਸ਼ਾਦੀ ਕਰੀਗਾ ਆਈ ਰਿਓ ਤੇ ਇਸਨੇ ਮੈਨ ਚੀਜ਼ਾਂ ਏਲੀਨ ਇਹਨਾਂ ਉਪਰੋਂ ਫੋਕਸ ਕਰੋ ਇਹ ਚੀਜ਼ਾਂ ਵੀ ਅਸਾਂ ਰੈਡੀ ਰੱਖੋ ਉਸ ਤੋਂ ਬਾਅਦ ਸਾਂ ਆਪਣਾ ਕੇਸ ਸਮਝਾਓ ਇਹ ਤੁਹਾਨੂੰ ਕੀ ਜਿਹੜੇ ਬੰਦੇ ਆ ਬਾਣੇ ਨਾ ਫੇਕ ਕੁਝ ਬੰਦੇ ਗਲਤ ਕਰਨ ਨੇ ਨਾ ਕਿ ਇਹ ਇਸ ਤਰ੍ਹਾਂ ਕੁਝ ਨਹੀਂ ਹੈ ਇਹ ਜੀ ਜ਼ਰੂਰੀ ਹਨ ਇਹ ਚੀਜ਼ਾਂ ਸਾਂ ਭਲੋਣੀਆਂ ਚਾਹੀਦੀਆਂ ਅਗਰੇ ਚੀਜ਼ਾਂ ਨਹੀਂ ਆ ਇਸਨੇ ਜੀ ਇੱਕ ਚੀਜ਼ ਵੀ ਨਹੀਂ ਮਿਸਾਲ ਤੋਂ ਹੀ ਦਸਾਂ ਵੀza ਨਿਓਕਸ ਤੋਂ ਰਿਜੈਕਟ ਹੋ ਜਾਸੀ ਯਾ ਮਤਲਬ ਕਿ ਦੁਬਾਰਾ ਅਪੀਲ ਹੋ ਜਾਸੀ ਕਿ ਦੁਬਾਰਾ ਕਰੋ ਠੀਕ ਹੈ ਦੂਸਰਾ ਇਹ ਹੈ ਕਿ ਜਿਹੜਾ ਨਾ ਤੁਸਾਂ ਦਾ TIBET ਸਰਟੀਫਿਕੇਟ टेस्ट है जरा इस जमा कराने तो पहले इस को ऐड करना है इसकी डॉक्यूमेंट्स की उसने बाद अगर सीजा तीन चार महीने के अंदर आना कुछ काफ़ी जिन्होंने लाख इलाके के एक मंथ ने अंदर हो जाना कुछ न चार महीने कुछ न सिक्स मंथ कुछ सैवन एट मंथ तो भी ये भी मैं संगीत दसा काफ़ी इन्फॉर्मेसन आई है इस बारे में ਕਿ ਜਿਹੜਾ ਨਾ ਲੌਂਗ ਟਾਈਮ ਹੋਣ ਲੱਗਿਆ ਕੁਝ ਬੰਦੇ ਸਟਕ ਹੋਏ ਨੇ ਵੀਜ਼ੇ ਵਿੱਚ ਉਹ ਵੀ ਪ੍ਰੋਬਲਮ ਹੀ ਤਾਂ ਕੀ ਦੱਸਾਂ ਕਿਹੜੀ ਪ੍ਰੋਬਲਮ ਹੈ ਠੀਕ ਹੈ ਤੇ ਦੂਸਰਾ ਇਹ ਹੈ ਕਿ ਉਸ ਨੇ ਅਗਰ ਵੈਲਿਡੇਟ ਐਕਸਪਾਇਰ ਹੋਣੀ ਹੈ ਵੀਜ਼ੇ ਜਮ੍ਹਾਂ ਕਰਾਉਣੇ ਤੋਂ ਬਾਅਦ ਠੀਕ ਹੈ ਉਸ ਨੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਆਰਾਮ ਨਾਲ ਕੋਨੇ ਨਾਲ ਬੇਫਿਕਰ ਹੋ ਕੇ ਟੈਨਸ਼ਨ ਫਰੀ ਹੋ ਕੇ ਆਰਾਮ ਨਾਲ ਸਾਇੰਟਿਸਟ ਆਰ ਕੋ ਆਪਣਾ ਟਾਈਮ ਟੇਬਲ ਜਿਹੜਾ ਨਾ ਵੇਟਰ ਉਹ ਸੰਗੀ ਟਾਈਮ ਟੇਬਲ ਦੇਣਾ 6 ਮਨთ ਨਾ ਲੇਕਿਨ ਕੁਝ ਬੰਦੇ ਨੇ ਜਿਨ੍ਹਾਂ ਕੀ ਜਲਦੀ ਲੱਭੀ ਚਾਣਾ ਮੈਂ ਕਿੱਸੇਂ ਦੱਸਿਆ ਲੇਕਿਨ ਕੁਝ ਹਨ ਟਾਈਮ ਜ਼ਿਆਦਾ ਲੱਗਣਾ ਟਾਈਮ ਜ਼ਿਆਦਾ ਜਿਹੜਾ ਲੱਗਣਾ ਉਹ ਵੀ ਸੰਗੀ ਦੱਸਣਾ ਕਿਉਂ ਤੇ ਜਿਹੜਾ ਟਾਈਮ ਮਤਲਬ ਜਲਦੀ ਲੱਗਣਾ ਉਹ ਵੀ ਕਿਉਂ ਕਿਸ ਤਰ੍ਹਾਂ ਜਿਹੜਾ ਨਿਸਾਨ ਲੱਗੇ ਆ ਕਾਫੀ ਬੰਦਿਆਂ ਨਾਲ ਇਸ ਤਰ੍ਹਾਂ ਹੋ ਰਿਹਾ ਜਿਹੜੀ ਨਵੀਂ ਡੇਟ ਆਈ ਹੈ ਨਾ ਉਹ ਇਹ ਆਈ ਹੈ के अगर सौ वीजा लेट हो रहा ना तो उस कोई प्रॉब्लम है मैन वो चेक करने लगे सारा और उसकी सकता तो सारा उसकी जमा कराने तो कोशिश करो कि पूरा प्रूफ रिकॉर्ड मुताबिक उसकी जमा कराओ रिलेशनशिपानी किसान सारा कुछ उसने अपने शादी ने फोटो ऐड करो अगर उस कर सकने वह जरूरी है ਕੀ ਸਾਨੂੰ ਆਪਣੇ ਜਿਹੜੀ ਕਲੰਗ ਕਰਨੇ ਹੋ ਮੈਸੇਜ ਉੱਪਰ ਕਰਨੇ ਹੋ ਜਾਂ ਜਿਸ ਸਮੇ ਉਹ ਚੈਟ ਜਿਹੜੀ ਹੈ ਉਹ ਵੀ ਸਾਨੂੰ ਪ੍ਰਿੰਟ ਆਊਟ ਕਰਾਓ ਕਾਪੀ ਕਰਾ ਕੇ ਉਹ ਵੀ ਸਾਨੂੰ ਜਿਹੜਾ ਨਾ ਸ਼ੋਕਲ ਉਹਨਾਂ ਕੀ ਇਮੀਗ੍ਰੇਸ਼ਨ ਕੀ ਠੀਕ ਹੈ ਉਸਨੇ ਦੋ ਬਾਅਦ ਇਹ ਆ ਕਿ ਤੁਸਾਨੂੰ ਜਿਹੜਾ ਨਾ ਹੋਰ ਵੀ ਦੋ ਤਿੰਨ ਚੀਜ਼ਾਂ ਆਈਆਂ ਕੋਈ ਅਗਰ ਸਾਨੂੰ ਲੈਟਰ ਵਗੈਰਾ ਕਰਨੇ ਹੋ ਪੋਸਟ ਕਰਨੇ ਹੋ ਕਾਰਡ ਵਗੈਰਾ और एड्रेस वगैरह डेट वगैरह सारी होनी है और कॉपी करके ऐड कर, कर सभी चीज़ा जरूरी रिकॉर्ड अगर सारिया चीज ज्यादा लगे हो स वीजा चलती है उसकी चल अगर चीजा थोड़िया लाइन तो फिर वो चेक कर सेक करके अगर उन्होंने की शक सी कि यह चीज़ फेक है जो कोई भी और चीज प्रॉब्लम हो सकनी तो सी ਈਮੇਲ ਕਰਸਨ ਕੇ ਇਹ ਚੀਜ਼ ਅਸਾਂ ਕੀ ਦਿਓ ਉਹਸਾਂ ਕੋ ਲੱਗ ਚੀਜ਼ ਹੋਸੀ ਸਾਨੂੰ ਨਾ ਕਿ ਦੇਸੋ ਲੇਕਿਨ ਅਗਰ ਨੋ ਸੀ ਤਾਂ ਸਾਂ ਕਿਆ ਕਰਸੋ ਫਿਲਮ ਟਾਈਮ ਟੇਬਲ ਜਿਹੜਾ ਆ ਉਹ ਚੇਂਜ ਹੋ ਗਿਆ ਵੇਸਟ ਹੋ ਗਿਆ ਸਾਨੂੰ ਜਿੰਨੇ ਮਹੀਨੇ ਸਾਂ ਲੋਏ ਮਿਹਨਤ ਕੀਤੀ ਹੈ ਸਾਰਾ ਕੁਝ ਪੇਪਰ ਵਗੈਰਾ ਰੈਡੀ ਕੀਤੇ ਤਾਂ ਇਸ ਵਜ੍ਹਾ ਕੋ ਪਹਿਲੇ ਸੌ ਆਪਣੀਆਂ ਸਾਰੀਆਂ ਚੀਜ਼ਾਂ ਕੰਪਲੀਟ ਕਰੋ ਜਿੰਨੀਆਂ ਚੀਜ਼ਾਂ ਸਨੇਚ ਲਗਣੀਆਂ ਹਨ ਉਸਨੇ ਤੋਂ ਬਾਅਦ ਸੰਘੀ ਵੀਜ਼ਾ ਜਿਹੜਾ ਨੇ ਜਮਾ ਕਰੋ ਤੇ ਅਗਰ ਵੀਜ਼ਾ ਤੋਂ ਤੁਹਾਨੂੰ ਜਮ੍ਹਾਂ ਕਰਾਣੇ ਹੋ ਤੇ 60 ਪਾਉਂਡ ਜਿਹੜਾ ਨਾ ਫੀਸ ਹੈ ਮੀਰਪੁਰ ਅਸਾਦ ਕਸ਼ਮੀਰ ਵਿੱਚ ਜਿਹੜਾ ਨਾ ਅਪਾਇੰਟਮੈਂਟ ਸਾਂਗੀ ਲੱਭ ਸੀ ਇਸਲਾਮਾਬਾਦ ਵੀ ਲੱਭ ਜਾ ਸੀ ਲੇਕਿਨ ਇਸਲਾਮਾਬਾਦ ਆਨ ਇਹਨਾਂ ਕੇ ਬਹੁਤ ਜ਼ਿਆਦਾ ਬਿਜ਼ੀ ਹੈ ਠੀਕ ਹੈ ਮੀਰਪੁਰ ਸਾਂ ਅਪਾਇੰਟਮੈਂਟ ਬੁੱਕ ਕਰੋ ਤੇ ਉਧਰ ਸਾਂਗੀ ਈਜ਼ੀ ਲੱਭ ਜਾ ਸੀ ਤੇ ਉਧਰ ਇਤਨਾ ਮਾਸ਼ਾਅੱਲਾ ਈਜ਼ੀ ਹੈ ਨਾਈਸ ਹੈ ਸਾਰਾ ਕੁਝ मैं सी और भी इन्फॉर्मेशन दे इसने बारे विच जो बंदे नवे आ रहे हो यूके तो इन आज आ जाओ और भी काफ़ी जो है अपडेट्स आई हैं वो भी मैं आपको शेयर करूँगा उसके अलावा जो है ना स्पाउस वीज़ा के बारे में इसकी भी दो तीन और न्यूज़ आई हैं वो भी मैं आपको शेयर करूँगा और इसका टाइम टेबल है जो वो भी आपको शेयर किया जाएगा नेक्स्ट वीडियो में क्योंकि टाइम टेबल जो है ना इसमें काफ़ी चेंज हो रहा है हो गया है हो नहीं रहा तो नेक्स्ट जो है ये भी है कि जनवरी में और भी तब्दीलियाँ आ रही हैं कुछ रूल्स जो हैं वो स्ट्रिक्ट हो रहे हैं कुछ रूल्स हैं जो वो ईजी हो रहे हैं लेकिन अभी कंफर्म नहीं है लेकिन उसके बाद ये भी एक न्यूज़ चल रही है कि जो है ना यूके के वीज़ा की ये यहाँ यह पे बात हो रही है इमिग्रेशन की कि आप शादी करते हो ना तो दो साल आपने जो है ना वीज़ा नहीं जमा करवाना दो साल के बाद वो आप वीज़ा जमा करवा सकते हो अलाउ नहीं है कि दो साल के अंदर आप वीज़ा जमा करवाओ यूके में शादी वाला जो वीज़ा है अगर आपके दो साल कंप्लीट हो चुके हैं आप दो साल के बाद अपना शादी का जो है वीज़ा जमा करवा सकते हैं उसमें में आप जो भी ये बातें आपको मैंने बताई हैं प्रूफ वगैरह ये सारा कुछ तो ये आपको करना पड़ेगा अगर ये आप करते हैं उतना टाइम टेबल आप फॉलो कर रहे हैं तो इन आपका जो है ना हर हाल में वीज़ा होगा तो इतना टाइम भी नहीं लगेगा जल्दी होगा तो ये चीज़ें जो आप नोट कर लें अगर जो नया भाई देख रहे हैं फ्रेंड्स सब तो जितने भी एशियन कंट्री के बंदे देख रहे हैं इसलिए मैं उर्दू में वीडियो बना रहा हूँ कि आप लोग समझ जाएंगे इजीली तो पंजाबी में बना रहा हूँ जो भी है तो इसका ये मतलब है कि आप अंडरस्टैंड करते हैं अंडरस्टैंड अगर कर रहे हैं तो ठीक है अगर नहीं समझ आई किसी बात की तो बिला वजह मुझे जो है ना कर सकते हैं मैसेज मैं आपको उसके बारे में जो जो है ना इंफॉर्मेशन दे दूँगा मैं कोई एजेंट या सोलिसिटर मतलब नहीं हूँ एक जस्ट आपको फ्री में एडवाइस दे रहा हूँ तो अगर आप इसकी एडवाइस पे अमल करते हैं अगर आपको लगता है कि सही है तो आप नेक्स्ट स्टेप जो है ना वो आप कर सकते हैं ले सकते हैं इसके पहले आपको फला बंदे ने ये बोला है बंदे ने ये बोला है तो ठीक है आप सुनो देखो लेकिन आप ये भी चेक करो अपने माइंड से कि कौन सी बात सही है कौन सी बात नहीं ठीक तो ये जो है ना ये आपकी लाइफ में प्रॉब्लम भी हो सकती है अगर आप बिला वजह किसी की बात पे यकीन करें ना तो हो सकता है वो बात गलत हो ये पेपर डाल दो ये पेपर ना डालो तो कल को आपको जो कह है ना डालो ये पेपर तो फिर प्रॉब्लम क्रिएट हो सकती है वो पेपर है जो ये जो मैंने आपको बताया है ये इमीग्रेशन की वेबसाइट पे भी हैं इमीग्रेशन ख़ुद ये कह रहा है कि ये फला फला पेपर हमें चाहिए शादी का जो वीज़ा स्पाउस वीज़ा इसको जमा करने के बाद आपको ये पेपर साथ आने चाहिए तो ये फेक न्यूज़ नहीं है ये जो भी मैंने आपको बताया ये उसके ऊपर है वेबसाइट के ऊपर ठीक है आप चेक कर सकते हैं आप खुद भी यू के वीज़ा वेबसाइट जो है स्पाउस वालों की तो उस पर सारी डिटेल्स आ जाएंगी तो एक दो चीज़ें मैंने मिस आउट की हैं लेकिन उस पर जो है वो सारी चीज़ें सामने हैं आप देख सकते हैं तो इन आपको मिलते हैं नेक्स्ट वीडियो में आपको कोई और भी इंफॉर्मेशन दूंगा इनशाला जल्दी